ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖੀ ਅਨਪਲੱਗ ਉਤੇ ਅੱਜ ਦੀਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ ਕਿ ਕੀ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਸੁਪਰਸਟਾਰ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਤੋਂ ਬਾਅਦ ਗੈਂਗਸਟਰਾਂ ਦਾ ਅਗਲਾ ਨਿਸ਼ਾਨਾ ਪੰਜਾਬ ਦੇ ਮੰਨੇ ਪਰਮੰਨੇ ਸਿੰਗਰ ਮਨਕੀਰਤ ਆਲਖਨੇ ਬਣਨਾ ਸੀ ਇੱਕ ਬੜਾ ਵੱਡਾ ਖੱਤਸ਼ਾ ਹੈ ਜਿਸ ਦਾ ਸਵਾਲ ਖੜਾ ਹੁੰਦਾ ਹੈ ਕੁਝ ਅਜਿਹੇ ਖੁਲਾਸੇ ਅਤੇ মিডিਆ ਰਿਪੋਰਟਸ ਜੋ ਕਿ ਹਾਲ ਹੀ ਦੇ ਦਿਨਾਂ ਵਿੱਚ ਨਜ਼ਰ ਹੋਈਆਂ ਮੋਹਾਲੀ ਪੁਲਿਸ ਵੱਲੋਂ ਕੁਝ ਅਜਿਹੇ ਗੈਂਗਸਟਰ ਨੂੰ ਫੜਿਆ ਜਾਂਦਾ ਹੈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਇਹਨਾਂ ਗੈਂਗਸਟਰ ਵਿੱਚੋਂ ਇੱਕ ਹੁੰਦਾ ਹੈ ਹਰਦੀਪ ਸਿੰਘ ਯੋਧਾ ਯੋਧਾ ਪੁਨੀਆ ਦੇ ਨਾਂ ਨਾਲ ਉਹ ਜਾਣਿਆ ਜਾਂਦਾ ਹੁੰਦਾ ਹੈ ਤੇ ਇਹ ਗੈਂਗਸਟਰ ਜੈਪਾਲ ਪੁੱਲਰ ਅਤੇ ਜੱਸੀ ਖਰੜ ਯਾਨੀ ਕਿ ਉਹ ਦੋਵੇਂ ਗੈਂਗਸਟਰ ਜਿਨ੍ਹਾਂ ਨੂੰ ਕੀ ਕੋਲਕਾਤਾ ਦੇ ਐਨਕਾਊਂਟਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਟੇਰ ਕਰਤਾ ਗਿਆ ਸੀ ਉਹਨਾਂ ਦਾ ਸਾਥੀ ਮੰਨਿਆ ਗਿਆ ਹੈ ਅਰਮੇਨੀਆ ਦੇ ਵਿੱਚ ਬੈਠੇ ਗੌਰਵ ਯਾਨੀ ਕਿ ਲੱਕੀ ਪਟਿਆਲ ਦੇ ਨਾਲ ਵੀ ਇਸ ਦੇ ਸੰਬੰਧ ਦੱਸੇ ਜਾਂਦੇ ਨੇ ਤੇ ਇਸ ਦੀ ਗ੍ਰਿਫਤਾਰੀ ਸਪੈਸ਼ਲ ਸੈੱਲ ਮੁਹਾਲੀ ਵੱਲੋਂ ਕੁਝ ਦਿਨ ਪਹਿਲਾਂ ਕੀਤੀ ਗਈ ਹੈ ਤੇ ਜਿਹੜੀ ਪੁੱਛਗਿੱਛ ਉਸ ਦੌਰਾਨ ਇਸ ਯੋਧਾਪੁਨੀਆ ਤੋਂ ਹੋਈ ਉਸ ਵਿੱਚ ਮਨਕੀਰਤ ਔਲਖ ਦੀ ਇੱਕ ਹੋ ਰਹੀ ਰੈਕੀ ਜੋ ਕਿ ਬੀਤੇ ਕਈ ਮਹੀਨਿਆਂ ਤੇ ਹਫ਼ਤੇ ਤੋਂ ਚੱਲੀ ਸੀ ਉਸ ਦਾ ਖੁਲਾਸਾ ਹੁੰਦਾ ਹੈ ਰਸਮੀ ਤੌਰ ਤੇ ਮੋਹਾਲੀ ਪੁਲਿਸ ਨੇ ਕੋਈ ਡਿਟੇਲ ਸਾਂਝੀ ਨਹੀਂ ਕੀਤੀ ਹੈ ਕੀ ਇਨਵੈਸਟੀਗੇਸ਼ਨ ਕੀ ਫਾਈਂਡਿੰਗਸ ਨੇ ਉਹ ਦਿਆਂ ਲੇਕਿਨ ਜਿਹੜੀਆਂ ਖਬਰਾਂ ਆਈਆਂ ਨੇ ਉਹ ਬੇਸਲੈਸ ਖਬਰਾਂ ਨਹੀਂ ਨੇ ਬੇਸ਼ੱਕ ਮੋਹਾਲੀ ਪੁਲਿਸ ਦੇ ਜਿਹੜੇ ਅਫਸਰ ਹੈਗੇ ਨੇ ਉਹ ਮਨਕੀਰਤ ਆਲਖ ਨੂੰ ਕਿਸੇ ਵੀ ਧਮਕੀ ਹੈ ਕਿਸੇ ਵੀ ਥ੍ਰੈਟ ਪਰਸੈਪਸ਼ਨ ਦੀ ਗੱਲਬਾਤ ਨੂੰ ਸਿਰੇ ਤੋਂ ਇਨਕਾਰ ਕਰਦੇ ਪਏ ਨੇ ਉਸ ਨੂੰ ਉਹ ਮੰਨ ਨਹੀਂ ਰਹੇ ਲੇਕਿਨ ਅੰਦਰ ਖਾਤੇ ਜਿਹੜਾ ਇੱਕ ਖਤਰਾ ਹੈ ਮਨਕੀਰਤ ਆਲਖ ਨੂੰ ਜੋ ਕਿ ਦੋ ਕਾਰਨਾ ਕਰਕੇ ਹੈ ਦੋ ਵੱਡੇ ਕਾਰਨ ਹੈ ਜਿਸ ਦੀ ਗੱਲਬਾਤ ਮੈਂ ਇਸ ਰਿਪੋਰਟ ਦੇ ਵੇਰਵੇ ਦੇ ਵਿੱਚ ਕਰਾਂਗਾ ਲੇਕਿਨ ਉਹ ਖਤਰਾ ਕਾਫੀ ਜ਼ਿਆਦਾ ਸਬਸਟੈਂਸ਼ੀਅਲ ਖਤਰਾ ਹੈ ਇਸੇ ਕਾਰਨ ਮੁਹਾਲੀ ਪੁਲਿਸ ਬਾਰ ਬਾਰ ਮਨਕੀਰਤ ਔਲਖ ਤੇ ਇਹ ਸਿਕਿਉਰਿਟੀ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਵੀ ਜਤਾ ਰਹੀ ਹੈ ਫਿਰ ਬੇਸ਼ੱਕ ਉਹ ਜ਼ਿਆਦਾ ਡਿਟੇਲਸ ਆਪਰੇਸ਼ਨਲ ਡਿਟੇਲਸ ਜਾਂ ਜਿਹੜੀ ਵੀ ਪੁੱਛਕੀ ਛੋਈ ਹੈ ਕਿਹੜੇ ਕਿਹੜੇ ਹੋਰ ਗੈਂਗਸਟਰ ਜਾਂ ਕਿਹੜੇ ਕਿਹੜੇ ਹੋਰ ਅਪਰਾਧੀ ਕ੍ਰਿਮੀਨਲਸ ਹੋ ਸਕਦੇ ਨੇ ਜਿਨ੍ਹਾਂ ਨੂੰ ਕੀ ਇਸ ਰੈਕੀ ਲਈ ਵਰਤਿਆ ਜਾ ਰਿਹਾ ਹੈ ਉਹਨਾਂ ਬਾਰੇ ਉਹ ਡਿਟੇਲ ਦੇਣਾ ਨਹੀਂ ਚਾਹ ਰਹੇ ਲekin ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨਕੀਰਤ ਔਲਖ ਕਿਉਂ ਇਸ ਉੱਤੇ ਮੈਂ ਥੋੜੇ ਦੇਰ ਬਾਅਦ ਦੇ ਵਿੱਚ ਆਵਾਂਗਾ ਲੇਕਿਨ ਇਸ ਤੋਂ ਪਹਿਲਾਂ ਆਪਾਂ ਪੰਜਾਬ ਦੇ ਵਿੱਚ ਇੱਕ ਪੈਟਰਨ ਨੂੰ ਸਟੱਡੀ ਕਰੀਏ ਪੰਜਾਬ ਦੇ ਵਿੱਚ 1988 ਦੇ ਵਿੱਚ ਜਦੋਂ ਖਾੜਕੂਆਂ ਵੱਲੋਂ ਮਾਰਚ 1988 ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਨੂੰ ਮਾਰਿਆ ਗਿਆ ਸੀ ਤੇ ਉਹਨਾਂ ਦੇ ਨਾਲ ਦੋ ਹੋਰ ਉਹਨਾਂ ਦੇ ਜਿਹੜੇ ਕੋ ਆਰਟਿਸਟ ਸਨ ਉਹਨਾਂ ਨੂੰ ਦੋਆਬੇ ਦੇ ਇਲਾਕੇ ਦੇ ਵਿੱਚ ਫਲੋਰ ਦੇ ਨੇੜੇ ਮੈਸਮਪੁਰ ਪਿੰਡ ਦੇ ਵਿੱਚ ਗੋਲੀਆਂ ਮਾਰਤੀਆਂ ਗਈਆਂ ਸਨ ਅਮਰ ਸਿੰਘ ਚਮਕੀਲਾ ਇੱਕ ਬਹੁਤ ਹੀ प्रसिद्ध गायक ਸੀ ਬਹੁਤ ਹੀ ਪਪੂਲਰ ਆਪਣੇ ਸਮੇਂ ਦੇ ਵਿੱਚ ਉਸ ਦਾ ਉਭਾਰ ਬਹੁਤ ਹੀ ਤੇਜ਼ੀ ਦੇ ਨਾਲ ਹੋ ਰਿਹਾ ਸੀ ਉਹਨਾਂ ਦੀ ਮੌਤ ਤੇ ਉਹਨਾਂ ਦੀ ਹੱਤਿਆ ਦੇ ਕਾਰਨਾਂ ਨੂੰ ਲੈ ਕੇ ਅੱਜ ਵੀ ਇੱਕ ਬੜਾ ਵੱਡਾ ਸੰਸ ਹੈ ਹਾਲਾਂਕਿ ਆਪਣੀ ਗਾਇਕੀ ਦੇ ਵਿੱਚ ਲਚਰਤਾ ਅਸ਼ਲੀਲਤਾ ਅਤੇ ਡਬਲ मीनिंग ਜਿਹੜੀ ਸ਼ਬਦਾਵਲੀ ਦਾ ਪ੍ਰਯੋਗ ਉਹ ਕਰਦੇ ਸਨ ਉਹਨਾਂ ਨੂੰ ਲੈ ਕੇ ਖਾੜਕੂਆਂ ਵੱਲੋਂ ਲਗਾਤਾਰ ਖਤਰਾਂ ਅਤੇ ਧਮਕੀਆਂ ਉਹਨਾਂ ਨੂੰ ਆਉਂਦੀਆਂ ਰਹੀਆਂ ਲੇਕਿਨ ਬਾਅਦ ਦੇ ਵਿੱਚ ਮੰਨਿਆ ਵੀ ਜਾਂਦਾ ਰਿਹਾ ਕਿ ਸ਼ਾਇਦ ਕੁਝ ਪ੍ਰੋਫੈਸ਼ਨਲ ਰਾਈਵਲਰੀ ਕਰਕੇ ਯਾਨੀ ਕਿ ਖੁੰਦਕਬਾਜ਼ੀ ਕਰਕੇ ਆਪਸੀ ਮੁਕਾਬਲੇਬਾਜ਼ੀ ਕਰਕੇ ਵੀ ਉਹਨਾਂ ਦੀ ਜਿਹੜੀ ਕਿਲਿੰਗ ਹੈ ਉਹ ਇੱਕ ਰੰਜਿਸ਼ ਤੋਂ ਪ੍ਰੇਰਿਤ ਹੈ ਕੰਪੀਟੀਟਿਵਨੈਸ ਤੋਂ ਪ੍ਰੇਰਿਤ ਯਾਨੀ ਕਿ ਮੁਕਾਬਲੇਬਾਜ਼ੀ ਤੋਂ ਉੱਭਰਿਆ ਹੋਇਆ ਕਤਲ ਵੀ ਹੋ ਸਕਦਾ ਹੈ ਲੇਕਿਨ ਮੁਢਲੇ ਤੌਰ ਤੇ ਹੀ ਮੰਨਿਆ ਜਾਂਦਾ ਰਿਹਾ ਕਿ ਉਹਨਾਂ ਨੂੰ ਖਾੜਕੋ ਨੇ ਹੀ ਮਾਰਿਆ ਹੈ ਇਹ ਪਹਿਲਾ ਪੰਜਾਬ ਦਾ ਐਡਾ ਵੱਡਾ ਕੇਸ ਸੀ ਐਡਾ ਵੱਡਾ ਮਰਡਰ ਸੀ ਜਿਸ ਤਹਿਤ ਇੱਕ ਆਰਟਿਸਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹ ਵੀ ਉਸਦੀ ਗਾਇਕੀ ਦੇ ਕਾਰਨ ਉਹੀ ਦੌਰ ਸੀ ਜਦੋਂ ਕਿ ਅਮਰ ਸਿੰਘ ਚਮਕੀਲੇ ਵੱਲੋਂ ਸ਼ਾਇਦ ਕੁਝ ਅਜਿਹੇ ਬਿਆਨ ਵੀ ਆਏ ਸੀ ਜਿਸ ਤਹਿਤ ਕਿ ਕੁਝ ਖਾੜਕੂ ਜਥੇਬੰਦੀਆਂ ਜਿਨ੍ਹਾਂ ਵੱਲੋਂ ਉਹਨਾਂ ਨੂੰ ਧਮਕੀਆਂ ਆ ਰਹੀਆਂ ਸਨ ਉਹਨਾਂ ਨੂੰ ਕੁਝ ਲੱਖ ਰੁਪਏ ਦੇਣ ਦੇ ਯਾਨੀ ਕਿ ਰੰਗਦਾਰੀ ਦੇ ਐਕਸਟਰਸ਼ਨ ਦੇ ਪੈਸੇ ਦੇਣ ਦੀ ਗੱਲਬਾਤ ਵੀ ਸਾਹਮਣੇ ਆਈ ਸੀ ਸੋ ਇਹ ਜਿਹੜਾ ਟ੍ਰੈਂਡ ਹੈ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਪੁਰਾਣਾ ਟ੍ਰੈਂਡ ਰਿਹਾ ਹੈ ਲੇਕਿਨ ਆਫ ਲੇਟ ਉਸ ਤੋਂ ਕਈ ਦਹਾਕੇ ਬਾਅਦ ਤਕਰੀਬਨ 34 ਸਾਲਾਂ ਬਾਅਦ ਅੱਜ ਆਪਾਂ ਜਦੋਂ ਚਰਚਾ ਕਰ ਰਹੇ ਹਾਂ ਸਾਡੇ ਕੋਲ ਤਕਰੀਬਨ ਇੱਕ ਦਹਾਕੇ ਦਾ ਅਜੀਹਾ ਪਿਸ਼ੌਕੜ ਹੈ ਜਿਸ ਵਿੱਚ ਕੀ ਪੰਜਾਬ ਦੇ ਕਈ ਨੋਟਿਡ ਸਿੰਗਰਸ ਗਾਇਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਜਾਂ ਫਿਰ ਉਹਨਾਂ ਨੂੰ ਧਮਕਾਇਆ ਗਿਆ ਹੈ ਧਮਕੀਆਂ ਦਿੱਤੀਆਂ ਗਈਆਂ ਨੇ ਲੇਕਿਨ ਕੋਈ ਵੀ ਅਜੀਹੀ ਵੱਡੀ ਵਾਰਦਾਤ ਜਾਂ ਕਾਂਡ ਜਿਹੜਾ ਹੈ ਅਜੇ ਤੱਕ ਨਹੀਂ ਹੋ ਪਾਇਆ ਹੈ ਐਕਸੈਪਟ ਫॉर ਪਰਵੀ ਸ਼ਰਮਾ ਜਿਨ੍ਹਾਂ ਨੂੰ ਕੁਝ ਸਾਲ ਪਹਿਲਾਂ ਦਿਲਪ੍ਰੀਤ ਜਿਹੜਾ ਟਾਹਾਂ ਸੀ ਦਿਲਪ੍ਰੀਤ ਬਾਬਾ ਉਸ ਗੈਂਗਸਟਰ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ ਉਹਨਾਂ ਦੇ ਪੱਟ ਵਿੱਚ ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਕਿ ਉਹ ਬੇਸ਼ੱਕ ਉਸ ਹਮਲੇ ਦੇ ਵਿੱਚ ਬਚ ਗਏ ਲੇਕਿਨ ਬਾਅਦ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਕਈ ਲੱਖ ਰੁਪਏ ਜਿਹੜੇ ਰੰਗਦਾਰੀ ਦੇ ਸਨ ਪ੍ਰੋਟੈਕਸ਼ਨ ਮਣੀ ਸੀ ਉਹਨਾਂ ਨੂੰ ਵੀ ਦੇਣਾ ਪਿਆ ਸੋ ਪੰਜਾਬ ਦੇ ਵਿੱਚ ਜੇ ਆਪਾਂ ਕੰਟੈਂਪੋਰੀ ਵਕਤ ਦੀ ਗੱਲ ਕਰੀਏ ਯਾਨੀ ਕਿ ਬੀਤੇ ਤਕਰੀਬਨ 10-15 ਸਾਲ ਜਦ ਤੋਂ ਕਿ ਪੰਜਾਬ ਦੇ ਵਿੱਚ ਗੈਂਗਸਟਰੀਜ਼ਮ ਜ਼ਿਆਦਾ ਵਧਿਆ ਹੈ ਯਾਨੀ ਕਿ ਗੈਂਗਸ ਦਾ ਉਭਾਰ ਜ਼ਿਆਦਾ ਹੋਇਆ ਹੈ ਆਰਗੇਨਾਈਜ਼ ਕ੍ਰਾਈਮ ਤੇ ਵਿਛਵਾਤਾ ਹੋਇਆ ਹੈ ਇੱਕ ਜਿਹੜੀ ਵੱਡੀ ਘਟਨਾ ਜੋ ਕਿ ਸਾਡੇ ਸਭ ਦੇ ਧਿਆਨ ਵਿੱਚ ਆਂਦੀ ਹੈ ਉਹ ਹੈ ਜੀਜ਼ੀਬੀ ਦੀ ਜਦੋਂ ਸ਼ੇਰਾ ਖੋਬਣ ਅਤੇ ਜੈਸੀਬੀ ਦਾ ਆਪਸ ਦੇ ਦੇ ਵਿੱਚ ਕੁਝ ਰੌਲਾ ਫਗਵਾੜਾ ਦੇ ਨੇੜੇ ਇੱਕ ਵਿਆਹ ਦੇ ਸਮਾਗਮ ਦੌਰਾਨ ਹੋਇਆ ਜਿਸ ਤੋਂ ਬਾਅਦ ਕੀ ਦੱਸਿਆ ਜਾਂਦਾ ਕਿ ਜੈਸੀਬੀ ਦੀ ਇੱਕ ਫੋਰਚੂਨਰ ਗੱਡੀ ਤੱਕ ਸ਼ੇਰਾ ਖੋਬਣ ਖੋਕੇ ਲੈ ਗਿਆ ਤੇ ਉਸ ਤੋਂ ਬਾਅਦ ਕਈ ਮਹੀਨੇ ਉਸ ਗੱਡੀ ਨੂੰ ਵਰਦਾ ਰਿਹਾ ਜਿਸ ਤੋਂ ਬਾਅਦ ਕੀ ਕੁਝ ਹਥਿਆਰਾਂ ਦੇ ਨਾਲ ਉਸ ਗੱਡੀ ਨੂੰ ਕਿਤੋਂ ਹੋਰ ਬਰਾਮਦ ਕੀਤਾ ਗਿਆ ਸੀ ਹਾਲਾਂਕਿ ਜੈਸੀਬੀ ਵਾਲੀ ਇਹ ਘਟਨਾ ਕਿਸੇ ਰੰਗਦਾਰੀ ਫਿਰੋਤੀ ਦੀ ਵਸੂਲੀ ਕੋਈ ਐਕਸਟਰਸ਼ਨ ਇਸ ਕਿਸਮ ਦੀ ਕਿਸੇ ਵੀ ਗੱਲਬਾਤ ਤੋਂ ਉੱਭਰੀ ਹੋਈ ਗੱਲਬਾਤ ਨਹੀਂ ਸੀ ਬਲਕਿ ਇਹ ਇੱਕ ਘਟਨਾ ਸੀ ਜੋ ਕਿ ਵਿਆਹ ਦੇ ਵਿੱਚ ਪਰਫਾਰਮੈਂਸ ਦੇ ਦੌਰਾਨ ਇੱਕ ਕਹਾ ਸੁਣੀ ਜਿਹੜੀ ਕਿ ਸ਼ੇਰਾ ਖੁੱਬਣ ਦੇ ਨਾਲ ਦੱਸਿਆ ਜਾਂਦਾ ਕਿ ਉਹਨਾਂ ਦੀ ਹੋਈ ਉਸ ਤੋਂ ਬਾਅਦ ਇੱਕ ਘਟਨਾ ਸੀ ਜੋ ਕਿ ਖਤਮ ਹੋ ਗਈ ਲੇਕਿਨ ਇਸ ਤੋਂ ਬਾਅਦ ਅਗਲੀ ਜਿਹੜੀ ਵੱਡੀ ਸਟੈਂਡ ਆਫ ਰਹਾ ਉਹ ਸੀ ਬੱਬੂ ਮਾਨ ਉਹਨਾਂ ਦਾ ਬੱਬੂ ਮਾਨ ਜਿਨ੍ਹਾਂ ਨੂੰ ਲਗਾਤਾਰ ਦਵਿੰਦਰ ਬੰਬੀਹਾ ਗਰੁੱਪ ਤੋਂ ਠਹਿਟ ਯਾਨੀ ਕਿ ਖਤਰਾ ਰਹਾ ਇਹ ਵੀ ਮੰਨਿਆ ਗਿਆ ਹੈ ਕਿ ਮੁੰਬਈ ਦੇ ਵਿੱਚ ਦਵਿੰਦਰ ਬੰਬੀਹਾ ਜਿਸ ਦਾ ਕਿ ਕਾਫੀ ਆਣਾ ਜਾਣਾ ਸੀ ਪੰਬੀਹਾ ਗੈਂਗ ਜੋ ਕਿ ਇੱਕ ਬਹੁਤ ਹੀ ਰੈਕਲਸ ਗੈਂਗ ਰਿਹਾ ਹੈ ਤੇ ਮਾਈਂਡਲੈਸ ਜਿਹੜੀਆਂ ਕਿਲਿੰਗਸ ਹੈਗੀਆਂ ਨੇ ਇਸ ਗੈਂਗ ਵੱਲੋਂ ਅੰਜਾਮ ਦਿੱਤੀਆਂ ਜਾਂਦੀਆਂ ਰਹੀਆਂ ਲਹਾਜਦਾਰੀਆਂ ਜਾਂ ਫਿਰ ਆਪਣੀ ਯਾਰੀਆਂ ਦੋਸਤੀਆਂ ਪਗਾਉਣ ਲਈ ਹੀ ਬਹੁਤ ਸੇ ਅਜਿਹੇ ਲੋਕਾਂ ਨੂੰ ਮਾਰਿਆ ਗਿਆ ਸੋ ਦਵਿੰਦਰ ਬੰਬੀਹਾ ਗੈਂਗ ਦੇ ਟਾਰਗੇਟ ਉੱਤੇ ਨਿਸ਼ਾਨੇ ਉੱਤੇ ਬੱਬੂ ਮਾਨ ਵੀ ਕਾਫੀ ਸਮਾਂ ਰਹੇ ਤੇ ਬਾਅਦ ਵਿੱਚ ਮੰਨਿਆ ਗਿਆ ਹੈ ਕਿ ਬੱਬੂ ਮਾਨ ਵੀ ਸਮੇਂ ਰਹਿੰਦਿਆਂ ਹੀ ਪਾਰਾ ਛੱਡ ਕੇ ਮੁੰਬਈ ਤੋਂ ਵਿਦੇਸ਼ ਵੀ ਜਾਣ ਦੇ ਵਿੱਚ ਕਾਮਯਾਬ ਰਹੇ ਸੀ ਅਦਰਵਾਇਜ਼ ਉਹਨਾਂ ਦੀ ਰੈਕੀ ਹੋ ਚੁੱਕੀ ਸੀ ਤੇ ਦਵਿੰਦਰ ਬੰਬੀਹਾ ਨੇ ਉਹਨਾਂ ਦੇ ਉੱਤੇ ਇੱਕ ਹਮਲਾ ਕਰਨਾ ਸੀ ਲੇਕਿਨ ਦਵਿੰਦਰ ਬੰਬੀਹਾ ਤੇ ਸ਼ੇਰਾ ਖੋਬਨ ਦੋਵੇਂ ਅਲੱਗ-ਅਲੱਗ ਐਨਕਾਊਂਟਰਾਂ ਦੇ ਵਿੱਚ ਮਾਰਤੇ ਜਾਂਦੇ ਨੇ ਉਸ ਤੋਂ ਬਾਅਦ ਵੀ ਤੇ ਤਕਰੀਬਨ 4-5 ਸਾਲਾਂ ਦੇ ਵਿੱਚ ਇੱਕ ਵੱਖਰਾ ਹੀ ਸਿਸਟਮ ਪੰਜਾਬ ਦੇ ਐਂਟਰਟੇਨਮੈਂਟ ਯਾਨੀ ਕਿ 뮤직 ਇੰਡਸਟਰੀ ਤੇ ਨਾਲ ਜੁੜੇ ਹੋਏ ਜਿਹੜੇ ਸੁਪਰ ਸਿਤਾਰੇ ਹੈਗੇ ਨੇ ਗਾਇਕ ਹੈਗੇ ਨੇ ਖਾਸ ਕਰਕੇ ਉੱਬਰਦੇ ਹੋਏ ਸਿਤਾਰੇ ਓਵਰਨਾਈਟ ਜਿਹੜੇ ਕਿ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਕਰ ਜਾਂਦੇ ਨੇ ਚੰਗਾ ਖਾਸਾ ਪੈਸਾ ਉਹਨਾਂ ਕੋਲ ਆਂਦਾ ਹੈ ਜ਼ਿਆਦਾ ਸ਼ੋਅ ਉਹਨਾਂ ਨੂੰ ਮਿਲ ਰਹੇ ਹੈਗੇ ਨੇ ਇਸ 뮤직 ਦੇ ਅੰਦਰਲੇ ਜਿਹੜੀਆਂ ਕੁੰਡੀਆਂ ਅੰਦਰਲੇ ਜਿਹੜੇ ਟ੍ਰਿਕਸ ਆਫ ਦਾ ਟ੍ਰੇਡ ਆਪਾਂ ਕਹਿੰਦੇ ਆ ਉਹਨਾਂ ਦੀ ਸਮਝ ਅੰਡਰਵਰਲਡ ਨੂੰ ਚੰਗੀ ਤਰ੍ਹਾਂ ਆ ਚੁੱਕੀ ਹੈ ਜਿਸ ਤੋਂ ਬਾਅਦ ਕਿ ਅੰਡਰਵਰਲਡ ਨੇ ਇਨਹੀ ਗਾਇਕਾ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਰੰਗਦਾਰੀ ਐਕਸਟਰਸ਼ਨ ਦੀ ਵਸੂਲੀ ਲਈ ਇਹ ਲੋਕਾਂ ਨੂੰ ਹੀ ਧਮਕੀਆਂ ਦੇ ਕਾਲਸ ਆਣੇ ਸ਼ੁਰੂ ਹੋਏ ਇਸ ਦੀ ਇੱਕ ਲੰਬੀ ਚੌੜੀ ਲਿਸਟ ਹੈ ਬਹੁਤ ਸੇ ਲੋਕ ਪਬਲਿਕਲੀ ਆਪਣੇ ਆਪ ਨੂੰ ਆਪਣੀ ਸ਼ਿਕਾਇਤ ਨੂੰ ਪੁਲਿਸ ਦੇ ਸਾਹਮਣੇ ਨਹੀਂ ਰੱਖ पाए ਅੰਦਰ ਖਾਤੇ ਹੀ ਬਹੁਤ ਸੇ ਅਜਿਹੇ ਆਰਟਿਸਟ ਕਲਾਕਾਰ ਹੈਗੇ ਨੇ ਜਿਨ੍ਹਾਂ ਨੇ ਇਹਨਾਂ ਗੈਂਗਸਟਰ ਨੂੰ ਚੁੱਪਚਾਪੀਤੇ ਜਿੰਨਾ ਵੀ ਪੈਸਾ ਉਹਨਾਂ ਤੋਂ ਮੰਗਿਆ ਜਾਂਦਾ ਰਿਹਾ ਉਹ ਦਿੱਤਾ ਜਾਂਦਾ ਰਿਹਾ ਉਹਨਾਂ ਨੂੰ ਪੈਸਾ ਦਿਆ ਗਿਆ ਲੇਕਿਨ ਕੁਝ ਅਜਿਹੇ ਸਿਤਾਰੇ ਸਨ ਜਿਨ੍ਹਾਂ ਨੇ ਕਿ ਖੁੱਲਕੇ ਜਾਂ ਤਾਂ ਇਹਨਾਂ ਗੈਂਗਸਟਰਾਂ ਨੂੰ ਪੈਸਾ ਦੇਣ ਤੋਂ ਇਨਕਾਰ ਕਰਤਾ ਤੇ ਜਾਂ ਫਿਰ ਇਹਨਾਂ ਦੇ ਖਿਲਾਫ ਪੁਲਿਸ ਦੇ ਵਿੱਚ ਉਹ ਗਏ ਲੇਕਿਨ ਮੁਠੀ ਪਰ ਹੀ ਅਜਿਹੇ ਲੋਕ ਸਨ ਜਿਨ੍ਹਾਂ ਵਿੱਚੋਂ ਇੱਕ ਸਨ ਪਰਮੇਸ਼ਰ ਵਰਮਾ ਪਰਮੇਸ਼ਰ ਵਰਮਾ ਨੇ ਸ਼ੁਰੂਆਤੀ ਸਟੇਜ ਤੇ ਫੇਸ ਦੇ ਵਿੱਚ ਗੈਂਗਸਟਰਾਂ ਦੀ ਜਿਹੜੀ ਰੰਗਦਾਰੀ ਦੀ ਡਿਮਾਂਡ ਸੀ ਉਹਨਾਂ ਨੂੰ ਨਹੀਂ ਮੰਨਿਆ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਉਹਨਾਂ ਦੀ ਲੱਤਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਮੁਹਾਲੀ ਦੇ ਵਿੱਚ ਜਿਸ ਤੋਂ ਬਾਅਦ ਕਿ ਉਹ ਫੱਟੜ ਰਹੇ ਇਸ ਤੋਂ ਬਾਅਦ ਮੰਨਿਆ ਜਾਂਦਾ ਕਿ ਪਰਮੇਸ਼ ਵਰਮਾ ਨੂੰ ਵੀ ਗੈਂਗਸਟਰਾਂ ਦੇ ਨਾਲ ਆਪਣੀ ਇਸ ਦੁਸ਼ਮਣੀ ਨੂੰ ਸੈਟਲ ਕਰਨਾ ਪਿਆ ਸੀ ਪਰਮੇਸ਼ ਵਰਮਾ ਉੱਤੇ ਹਮਲਾ ਕਰਨ ਵਾਲੇ ਜਿਹੜਾ ਗੈਂਗਸਟਰ ਦਾ ਗਰੁੱਪ ਸੀ ਉਹ ਸੀ ਦਿਲਪ੍ਰੀਤ ਦਾਹਾਂ ਦਾ ਯਾਨੀ ਕਿ ਦਿਲਪ੍ਰੀਤ ਬਾਬੇ ਦਾ ਗਰੁੱਪ ਜੋ ਕਿ ਬੇਸਿਕਲੀ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਹੀ ਅਲਾਈਨਮੈਂਟ ਦੇ ਵਿੱਚ ਇੱਕ ਸੀ ਇਸ ਤੋਂ ਬਾਅਦ ਗਿੱਪੀ ਗਰੇਵਾਲ ਦਾ ਕੇਸ ਵੀ ਸਾਹਮਣੇ ਹੈ ਜਿਨ੍ਹਾਂ ਨੂੰ ਜਦੋਂ ਵੀ ਐਕਸਟਰਸ਼ਨ ਦੀ ਕਾਲਸ ਆਈਆਂ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਗਰੇਵਾਲ ਨੂੰ ਪੰਜਾਬ ਪੁਲਿਸ ਨੇ ਸਿਕਿਉਰਿਟੀ ਕਵਰ ਦਿੱਤਾ ਜਿਸ ਤੋਂ ਬਾਅਦ ਅੱਜ ਤੱਕ ਉਹ ਇੱਕ ਥ੍ਰੈਟ ਪਰਸੈਪਸ਼ਨ ਦੇ ਵਿੱਚ ਲਗਾਤਾਰ ਰਹੇ ਨੇ ਇੱਕ ਹੋਰ ਜਿਹੜਾ ਵੱਡਾ ਨਾਂ ਜੋ ਕਿ ਲਗਾਤਾਰ ਗੈਂਗਸਟਰਾਂ ਦੇ ਟਾਰਗੇਟ ਉੱਤੇ ਰਿਹਾ ਹੈ ਤੇ ਅਲੱਗ-ਅਲੱਗ ਗੁੱਟਾਂ ਦੇ ਟਾਰਗੇਟ ਤੇ ਰਿਹਾ ਹੈ ਉਹ ਹੈ ਕਰਨ ਔਜਲਾ ਦਾ ਕਰਨ ਔਜਲਾ ਜਿਨ੍ਹਾਂ ਦੇ ਉੱਤੇ ਬੀਤੇ ਤਕਰੀਬਨ 2.25 ਸਾਲਾਂ ਦੇ ਵਿੱਚ ਦੋ ਹਮਲੇ ਹੋ ਚੁੱਕੇ ਨੇ ਇੱਕ ਹਮਲਾ ਤਕਰੀਬਨ 2 ਸਾਲ ਪਹਿਲਾਂ ਹੁੰਦਾ ਹੈ ਇਹ ਹਮਲਾ ਕੈਨੇਡਾ ਦੇ ਵਿੱਚ ਹੁੰਦਾ ਹੈ ਉਹਨਾਂ ਨੂੰ ਦਿਨ ਦਿਹਾੜੇ ਘੇਰ ਕੇ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਹੋਈ ਬੇਸ਼ੱਕ ਇਸ ਹਮਲੇ ਦੇ ਵਿੱਚ ਕਰਨ ਔਜਲਾ ਬਚ ਨਿਕਲਦੇ ਨੇ ਲੇਕਿਨ ਇਹ ਮੰਨਿਆ ਜਾਂਦਾ ਹੈ ਕਿ ਕਰਨ ਔਜਲਾ ਤੇ ਉਹਨਾਂ ਦੇ ਜਿਹੜੇ ਬਿਜ਼ਨਸ ਪਾਰਟਨਰ ਯਾਨੀ ਕਿ ਉਹ ਲੋਕ ਜੋ ਕਿ ਉਹਨਾਂ ਦੀਆਂ ਕੰਪਨੀਆਂ ਉਹਨਾਂ ਦੇ ਲੇਬਲਸ ਜਾਂ ਉਹਨਾਂ ਦੇ ਬਿਜ਼ਨਸ ਨੂੰ ਹੈਂਡਲ ਕਰ ਰਹੇ ਹੁੰਦੇ ਨੇ ਉਸ ਦੇ ਵਿੱਚ ਪਾਰਟਨ ਹੁੰਦੇ ਨੇ ਉਹਨਾਂ ਤੋਂ ਤਕਰੀਬਨ 20 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਇਹ ਜਿਹੜਾ ਹਮਲਾ ਕੁਝ ਸਾਲ ਪਹਿਲਾਂ ਕਰਨ ਔਜਲਾ ਉੱਤੇ ਹੋਇਆ ਸੀ ਇਸ ਦੀ ਜ਼ਿੰਮੇਵਾਰੀ ਪਹਿਲਾਂ ਤਾਂ ਸ਼ੁਰੂਆਤੀ ਸਟੇਜ ਦੇ ਵਿੱਚ ਦਵਿੰਦਰ ਬੰਮੀਹਾ ਗੈਂਗ ਨੇ ਲਈ ਲੇਕਿਨ ਉਸ ਤੋਂ ਬਾਅਦ ਦਵਿੰਦਰ ਬੰਮੀਹਾ ਗੈਂਗ ਨੇ ਸੁਖਪ੍ਰੀਤ ਬੁੱਢੇ ਨਾਂ ਦੇ ਗੈਂਗਸਟਰ ਜੋ ਕਿ ਉਸ ਵਕਤ ਟਰਮੀਨੀਆ ਦੇ ਵਿੱਚ ਸੀ ਉਸ ਦਾ ਨਾਂ ਲੈ ਕੇ ਇਸ ਜ਼ਿੰਮੇਵਾਰੀ ਨੂੰ ਕਬੂਲ ਲਿਆ ਸੀ ਲੇਕਿਨ ਅਗਲੇ ਹੀ ਦਿਨ ਸੁਖਪ੍ਰੀਤ ਬੁੱਢਾ ਨੇ ਇਸ ਜ਼ਿੰਮੇਵਾਰੀ ਤੋਂ ਹੱਥ ਪਿੱਛੇ ਖਿੱਚ ਲਿਆ ਸੀ ਤੇ ਉਸ ਨੇ ਇਸ ਪੂਰੀ ਦੀ ਪੂਰੀ ਕਾਰਵਾਈ ਦੀ ਨਿੰਦਾ ਕੀਤੀ ਸੀ ਇਸ ਤੋਂ ਬਾਅਦ ਜਿਹੜਾ ਅਗਲਾ ਹਮਲਾ ਕਰਨ ਔਜਲਾ ਤੇ ਹੁੰਦਾ ਹੈ ਉਹ ਇਸੇ ਸਾਲ ਜਨਵਰੀ ਦੇ ਵਿੱਚ ਹੁੰਦਾ ਹੈ ਇਸ ਹਮਲੇ ਤਹਿਤ ਸਰੀ ਦੇ ਵਿੱਚ ਇੱਕ ਮਕਾਨ ਉੱਤੇ ਰਾਤ ਨੂੰ ਤਾਬੜ ਤੋੜ ਗੋਲੀਆਂ ਕੁਝ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਤੇ ਉਸ ਗੋਲੀਆਂ ਚਲਾੰਦੇ ਦਾ ਫਿਰ ਵੀਡੀਓ ਬਾਅਦ ਦੇ ਵਿੱਚ ਇੰਸਟਾਗ੍ਰਾਮ ਉੱਤੇ ਪੋਸਟ ਕੀਤਾ ਗਿਆ ਇਸ ਕਾਰਜ ਜਿਸ ਉੱਤੇ ਗੋਲੀਆਂ ਚੱਲੀਆਂ ਸਨ ਕੁਝ ਮਹੀਨੇ ਪਹਿਲਾਂ ਤਾਂ ਕਰਨ ਔਜਲਾ ਦੇ ਇੱਕ ਹੋਰ ਸਾਥੀ ਜਿਸ ਦੇ ਨਾਲ ਕਰਨ ਔਜਲਾ ਵੀ ਇੱਥੇ ਆਉਂਦੇ ਜਾਂਦੇ ਰਹੇ ਉਹਨਾਂ ਦਾ ਸੀ ਲੇਕਿਨ ਕੁਝ ਮਹੀਨੇ ਪਹਿਲਾਂ ਹੀ ਇਸ ਦੇ ਟੈਨੈਂਟਸ ਬਦਲ ਚੁੱਕੇ ਸਨ ਸੋ ਇੱਕ ਮਿਸਟੇਕਨ ਆਇਡੈਂਟੀਟੀ ਤਹਿਤ ਇਹ ਹਮਲਾ ਕਰਤਾ ਗਿਆ ਬੇਸ਼ੱਕ ਇਹ ਹਮਲਾ ਜਾਣਲੇਵਾ ਨਹੀਂ ਸੀ ਲੇਕਿਨ ਜਿਸਨੇ ਵੀ ਹਮਲਾ ਕੀਤਾ ਇਸ ਦੀ ਜ਼ਿੰਮੇਵਾਰੀ ਹੈਰੀ ਚੱਠਾ ਦੇ ਗੈਂਗ ਨੇ ਬਾਅਦ ਦੇ ਵਿੱਚ ਕਬੂਲੀ ਸੀ ਉਹਨਾਂ ਦਾ ਮਕਸਦ ਇਸ ਫਾਇਰਿੰਗ ਜੋ ਕਿ ਹਵਾ ਦੇ ਵਿੱਚ ਸੀ ਘਰ ਦੇ ਉੱਤੇ ਸੀ ਉਸ ਦਾ ਮਕਸਦ ਘਰ ਦੇ ਲੋਕਾਂ ਨੂੰ ਡਰਾਣਾ ਤੇ ਕਰਨ ਔਜਲੇ ਨੂੰ ਧਮਕਾਉਣਾ ਸੀ ਬਾਅਦ ਦੇ ਵਿੱਚ ਕਰਨ ਔਜਲੇ ਨੂੰ ਜਿਹੜੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਰਿਹਾ ਤੇ ਅੱਜ ਤੱਕ ਜਾਰੀ ਹੈ ਥ੍ਰੈਟ ਪਰਸੈਪਸ਼ਨ ਦੇ ਪੱਖੋਂ ਕਰਨ ਔਜਲਾਵਿਕ ਬਹੁਤ ਹੀ ਵਲਨਰੇਬਲ ਸਿੰਗਰ ਲੋਕ ਗਾਇਕ ਦੇ ਰੂਪ ਵਿੱਚ ਸਾਹਮਣੇ ਹੈਗੇ ਨੇ ਮਨਕੀਰਤ ਔਲਖ ਦਾ ਜਿਹੜਾ ਕੇਸ ਹੈ ਜਿਸ ਉੱਤੇ ਅੱਜ ਦੀ ਇਹ ਵੀਡੀਓ ਹੈ ਉਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕੋਈ ਵੀ ਐਕਸਟਰਸ਼ਨ ਜਾਂ ਫਿਰ ਰੰਗਦਾਰੀ ਦੀ ਵਸੂਲੀ ਮਨਕੀਰਤ ਔਲਖ ਦੀ ਹੋ ਰਹੀ ਰੈਕੀ ਉਸ ਉੱਤੇ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਲਾਏ ਜਾਣ ਵਾਲੇ ਕਿਸੇ ਵੀ ਹਮਲੇ ਦਾ ਕਾਰਨ ਨਹੀਂ ਹੈ ਮਨਕੀਰਤ ਆਲਖ ਦੇ ਦੋ ਅਜਿਹੇ ਕਾਰਨ ਦਾ ਮੈਂ ਜ਼ਿਕਰ ਕੀਤਾ ਸੀ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਇੱਕ ਡਬਲ ਜੈਪਡੀ ਇੱਕ ਤਰੀਕੇ ਨਾਲ ਮਨਕੀਰਤ ਆਲਖਲੀ ਹੈ ਕਿਉਂਕਿ ਮਨਕੀਰਤ ਆਲਖ ਇੱਕ ਪਾਸੇ ਇੱਕ ਅਜਿਹੇ ਸਿੰਗਰ ਨੇ ਜੋ ਕਿ ਸ਼ੋਜ਼ ਪਰਫਾਰਮ ਕਰਦੇ ਨੇ ਤੇ ਉਹਨਾਂ ਵੱਲੋਂ ਜਿਹੜੇ ਸ਼ੋਜ਼ ਪਰਫਾਰਮ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਕੁਝ ਨਾਰਥ ਅਮਰੀਕਾ ਬੇਸਡ ਜਿਹੜੇ ਪ੍ਰੋਮੋਟਰਸ ਹੈਗੇ ਨੇ ਜਿਨ੍ਹਾਂ ਵਿੱਚ ਕੀ ਤੁੱਗਾ ਬ੍ਰਦਰਸ ਜੋ ਕਿ ਮਿਲੇਨੀਅਮ ਟਾਇਰ ਕੰਪਨੀ ਜਿਹੜੀ ਮਿਲੇਨੀਅਮ ਕਾਰ ਟਾਇਰ ਕੰਪਨੀ ਹੈ ਜਿਸ ਦੇ ਓਨਰਸ ਹੈਗੇ ਨੇ ਤੁੱਗਾ ਬ੍ਰਦਰਸ ਜੋ ਕਿ ਮੇਜਰ ਲੀਗ ਕਬੱਡੀ ਦੇ ਕਈ ਟੂਰਨਾਮੈਂਟਾਂ ਨੂੰ ਸਪான்ਸਰ ਕਰਦੇ ਰਹੇ ਨੇ ਬਟ ਆਉਟ ਡਾਇਮੰਡ ਸਪான்ਸਰਸ ਉਹ ਇਸ ਕਬੱਡੀ ਦੇ ਟੂਰਨਾਮੈਂਟਾਂ ਨੂੰ ਵੀ ਸਪான்ਸਰ ਕਰਦੇ ਨੇ ਤੇ ਮਨਕੀਰਤ ਆਲਖ ਦੇ ਨਾਲ ਵੀ ਉਹਨਾਂ ਦੀ ਇੱਕ ਚੰਗੀ ਸਾਂਝ ਹੈ ਸੋ ਇਸ ਕਨੈਕਸ਼ਨ ਦੇ ਤਹਿਤ ਮਨਕੀਰਤ ਆਲਖ ਦਾ ਪੂਰਾ ਦਾ ਪੂਰਾ ਤਾਲੁਕ ਜੁੜਦਾ ਹੈ ਮੇਜਰ ਲੀਗ ਕਬੱਡੀ ਦੇ ਡਾਇਮੰਡ ਸਪான்ਸਰਸ ਦੇ ਨਾਲ ਉਹ ਲੋਕ ਜੋ ਕਿ ਮਨਕੀਰਤ ਆਲਖ ਦੇ ਕਈ ਜਿਹੜੇ ਆਯੋਜਿਤ ਹੋਣ ਵਾਲੇ ਨਾਰਥ ਅਮਰੀਕਾ ਦੇ ਵਿੱਚ ਸ਼ੋਅ ਹੁੰਦੇ ਨੇ ਜਾਂ ਫਿਰ ਸਥਾਨਕ ਪੱਧਰ ਉਤੇ ਪੰਜਾਬ ਦੇ ਵਿੱਚ ਜਿਹੜੀ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਮਨਕੀਰਤ ਆਲਖ ਦਾ ਆਣਾ ਜਾਣਾ ਹੁੰਦਾ ਹੈ ਉਸ ਦੇ ਮੇਨ ਸਪான்ਸਰ ਹੁੰਦੇ ਨੇ ਉਹਨਾਂ ਦੇ ਨਾਲ ਜੁੜਦੇ ਧਾਰ ਸੋ ਮੇਜਰਲੀ ਕਬੱਡੀ ਨੂੰ ਹੀ ਜਿਸ ਤਰੀਕੇ ਨਾਲ ਸੰਦੀਪ ਨੰਗਲ ਅੰਬੀਆਂ ਨੂੰ ਮਾਰਕੀਟ ਟਾਰਗੇਟ ਕੀਤੀ ਜਾਂਦੀ ਕੋਸ਼ਿਸ਼ ਕੀਤੀ ਗਈ ਹੈ ਉਸੇ ਤਰੀਕੇ ਨਾਲ ਮਨਕੀਰਤ ਆਲਖ ਵੀ ਅਗਲੀ ਹਿੱਟ ਲਿਸਟ ਉੱਤੇ ਹੋ ਸਕਦਾ ਸੀ ਯਾਰ ਆਦਰ ਕਈ ਵੀ ਉਹ ਸੀ ਕਿਉਂਕਿ ਮਨਕੀਰਤ ਆਲਖ ਨੂੰ ਕੋਈ ਵੀ ਧਮਕੀ ਜਾਂ ਕੋਈ ਵੀ ਥ੍ਰੈਟਨਿੰਗ ਜਾਂ ਰੰਗਦਾਰੀ ਦੀ ਵਸੂਲੀ ਲਈ ਕੋਈ ਅਜੀਹੀ ਕਾਲ ਨਹੀਂ ਸੀ ਬਲਕਿ ਉਹਨਾਂ ਦੇ ਅੰਦਰ ਖਾਤੇ ਇੱਕ ਰੈਕੀ ਹੋ ਰਹੀ ਸੀ ਇੱਕ ਬੜਾ ਵੱਡਾ ਕਾਰਨ ਹੋ ਸਕਦਾ ਹੈ ਮਨਕੀਰਤ ਆਲਖ ਦੇ ਜਿਹੜੇ ਵੀ ਬਿਜ਼ਨਸ ਇੰਟਰਸਟ ਹੈਗੇ ਨੇ ਜਾਂ ਜਿਹੜੇ ਲੋਕਾਂ ਦੇ ਨਾਲ ਉਹਨਾਂ ਦੇ ਕੰਮ ਤੰਦੇ ਸਾਂਝੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਂਝ ਹੈ ਲਿਹਾਜ਼ਦਾਰੀ ਹੈ ਇਹ ਉਸੇ ਲਿਹਾਜ਼ਦਾਰੀ ਦੀ ਮੈਂ ਗੱਲ ਕਰ ਰਿਹਾ ਹਾਂ ਜਿਸ ਤਹਿਤ ਕਿ ਮੈਂ ਗੱਲ ਕੁਝ ਰਿਪੋਰਟਾਂ ਪਹਿਲਾਂ ਤੁਹਾਨੂੰ ਦੱਸੀ ਸੀ ਕਿਸ ਤਰੀਕੇ ਨਾਲ ਸਿਰਫ ਸੌਫਟ ਟਾਰਗੇਟਸ ਯਾਨੀ ਕਿ ਉਹ ਲੋਕ ਜੋ ਕਿ ਆਪਣੇ ਕੰਮ ਤੰਦੇ ਕਰ ਰਹੇ ਨੇ ਲੇਕਿਨ ਕਿਸੇ ਨਾ ਕਿਸੇ ਗਰੁੱਪ ਦੇ ਨਾਲ ਉਹਨਾਂ ਦੀ ਅਲਾਈਨਮੈਂਟ ਹੈ ਉਹਨਾਂ ਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਕੁਝ ਗੈਂਗਸ ਵੱਲੋਂ ਕੀਤਾ ਜਾ ਰਿਹਾ ਹੈ ਸੋ ਇੱਕ ਵੱਡਾ ਕਾਰਨ ਮਨਕਿਰਤ ਔਲਖ ਦੇ ਸਿੰਗਲ ਆਊਟ ਹੋਣ ਦਾ ਇਸ ਕੇਸ ਦੇ ਵਿੱਚ ਇਹ ਹੋ ਸਕਦਾ ਹੈ ਸੋ ਉਹਨਾਂ ਨੂੰ ਥ੍ਰੈਟ ਪਰਸੈਪਸ਼ਨ ਇਸ ਕਾਰਨ ਤੋਂ ਹੋ ਸਕਦੀ ਹੈ ਤੇ ਦੂਸਰਾ ਇੱਕ ਬਹੁਤ ਵੱਡਾ ਕਾਰਨ ਹੈ ਜੋ ਕਿ ਵਿੱਕੀ ਮਿੱਦੂ ਖੇੜਾ ਜਿਨ੍ਹਾਂ ਦੀ ਅਗਸਤ 2021 ਦੇ ਵਿੱਚ హత్య ਹੋਈ ਸੀ ਉਹਨਾਂ ਦੇ ਨਾਲ ਮਨਕੀਰਤ ਉਲਕ ਦੀ ਬਹੁਤ ਨੇੜਤਾ ਸੀ ਵਿੱਕੀ ਮਿੱਦੂ ਖੇੜਾ ਨੂੰ ਵੀ ਕਿਉਂ ਟਾਰਗੇਟ ਕੀਤਾ ਗਿਆ ਇੱਕ ਗੈਂਗਵਾਰ ਦਾ ਨਤੀਜਾ ਉਸ ਸੱਤਿਆਕਾਰ ਨੂੰ ਮੰਨਿਆ ਗਿਆ ਹੈ ਲੇਕਿਨ ਉਸ ਦੇ ਪਿੱਛੇ ਦੇ ਅਸਲ ਕਾਰਨ ਸਮਝ ਨਹੀਂ ਆਏ ਸਿਰਫ ਇਹ ਹੀ ਕਾਰਨ ਸਮਝ ਆਇਆ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਕਿਉਂਕਿ ਵਿੱਕੀ ਮਿੱਦੂ ਖੇੜਾ ਦੀ ਚੰਗੀ ਸਾਂਝ ਸੀ ਕਾਲਜ ਦੇ ਵਿੱਚ ਡੀਏਵੀ ਕਾਲਜ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀਜ਼ ਦੇ ਲੀਡਰ ਦੇ ਵੱਜੋਂ ਜਾਂ ਸੀਨੀਅਰ ਜੂਨੀਅਰ ਦੇ ਪੱਖੋਂ ਲਾਰੈਂਸ ਤੇ ਵਿੱਕੀ ਮਿੱਟੂ ਖੇੜਾ ਦੇ ਸੰਬੰਧ ਚੰਗੇ ਸਨ ਤੇ ਹੋ ਸਕਦਾ ਕੁਝ ਗੈਂਗਸਟਰ ਨੂੰ ਇਹ ਲੱਗਦਾ ਹੋਵੇ ਵੀ ਵਿੱਕੀ ਮਿੱਟੂ ਖੇੜਾ ਬਾਹਰ ਰਹਿ ਕੇ ਲਾਰੈਂਸ ਬਿਸ਼ਨੋਈ ਦਾ ਕਾਫੀ ਹੱਦ ਤੱਕ ਕੰਮ ਕਰ ਰਿਹਾ ਸੀ ਜਾਂ ਫਿਰ ਉਸ ਦੇ ਕਿਸੇ ਵੀ ਇੰਟਰਸਟ ਨੂੰ ਪ੍ਰਮੋਟ ਕਰ ਰਿਹਾ ਸੀ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਵਿੱਕੀ ਮਿੱਟੂ ਖੇੜਾ ਨੂੰ ਜਦੋਂ ਹਿੱਟ ਕੀਤਾ ਜਾਂਦਾ ਤਾਂ ਇਸ ਚੋਟ ਨੂੰ ਲਾਰੈਂਸ ਬਿਸ਼ਨੋਈ ਦੇ ਗਰੁੱਪ ਉੱਤੇ ਇੱਕ ਚੋਟ ਮੰਨਿਆ ਜਾਂਦਾ ਹੈ ਜਾਂ ਇਹ ਚੋਟ ਹੁੰਦੀ ਵੀ ਹੈ ਕਿਸੇ ਲੜੀ ਦੇ ਵਿੱਚ ਵਿੱਕੀ ਮਿੱਦੂ ਖੇੜਾ ਦੀ ਮੌਤ ਤੋਂ ਬਾਅਦ ਮਨਕੀਰਤ ਔਲਖ ਵੱਲੋਂ ਜੋ ਕਿ ਵਿੱਕੀ ਮਿੱਦੂ ਖੇੜਾ ਦੇ ਬਹੁਤ ਕਰੀਬੀ ਸਾਥੀ ਸਨ ਇਹ ਸਾਰਿਆਂ ਦਾ ਆਪਸ ਦੇ ਵਿੱਚ ਡੀਏਵੀ ਕਾਲਜ ਦੇ ਸਮਿਆਂ ਤੋਂ ਬਹੁਤ ਚੰਗਾ ਸਾਂਝ ਹੈ ਬਹੁਤ ਚੰਗਾ ਲਗਾਵ ਹੈ ਤੇ ਇਹ ਦੱਸ ਦਈਏ ਕਿ ਮਨਕੀਰਤ ਔਲਖ ਬੇਸਿਕਲੀ ਹਰਿਆਣਾ ਦੇ ਫਤਿਹਪੁਰਬਾਦ ਦੇ ਦੱਸੇ ਜਾਂਦੇ ਨੇ ਤੇ ਹਰਿਆਣਾ ਦੇ ਵਿੱਚ ਹੀ ਫਤਿਹਪੁਰਬਾਦ ਤੇ ਉਸ ਬੈਲਟ ਦੇ ਵਿੱਚੋਂ ਬਹੁਤ ਅਜਿਹੇ ਨੌਜਵਾਨ ਰਹੇ ਨੇ ਜੋ ਕਿ ਲਾਰੈਂਸ ਬਿਸ਼ਨੋਈ ਦੀ ਲੀਗ ਦੇ ਵਿੱਚ ਰਹੇ ਹੈਗੇ ਨੇ ਸੁਮਨਕੀਰਤ ਆਲਕ ਜੋ ਕਿ ਬੇਸਿਕਲੀ ਹਰਿਆਣਾ ਤੋਂ ਹੈਗੇ ਨੇ ਲੇਕਿਨ ਪੰਜਾਬ ਦੀ ਮਿਊਜ਼ਿਕ ਜਗਤ ਦੇ ਵਿੱਚ ਉਹਨਾਂ ਨੇ ਇੱਕ ਅਲੱਗ ਹੀ ਮੁਕਾਮ ਹਾਸਲ ਕੀਤਾ ਹੈ ਵਿੱਕੀ ਮਿੰਦੂ ਖੇੜਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਨਾਲ ਕਈ ਵੀਡੀਓ ਸਾਂਝੇ ਕਰਦੇ ਨੇ ਤੇ ਉਹਨਾਂ ਦੀ ਇੱਕ ਵੱਖਰੀ ਹੀ ਨੇੜਤਾ ਹੈ ਸੋ ਇੱਕ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਇੱਕ ਹੀ ਤੀਰ ਦੇ ਨਾਲ ਦੋ ਸ਼ਿਕਾਰ ਕਰਨ ਦੀਆਂ ਕੋਸ਼ਿਸ਼ਾਂ ਕੋਈ ਗੈਂਗ ਕਰ ਰਿਆ ਸੀ ਇਸ ਦੇ ਪਿੱਛੇ ਜੋ ਮੋਹਾਲੀ ਪੁਲਿਸ ਅਜੇ ਤੱਕ ਗੱਲਬਾਤ ਦੱਸ ਪਾਈ ਹੈ ਗੌਰਵ ਪਟਿਆਲ ਯਾਨੀ ਕਿ ਲੱਕੀ ਪਟਿਆਲ ਜੋ ਕਿ ਦਵਿੰਦਰ ਮਬੀਹਾ ਗੈਂਗ ਦਾ ਇੱਕ ਮੇਨ ਹੈਂਡਲਰ ਹੋ ਸਕਦਾ ਹੈ ਉਹ ਆਰਮੇਨੀਆ ਤੋਂ ਬੈਠ ਕੇ ਕਈ ਚੀਜ਼ਾਂ ਮੈਨੇਜ ਕਰ ਰਿਹਾ ਹੈ ਤੇ ਉਸੇ ਤਹਿਤ ਇਹ ਰੈਕੀ ਕਰਵਾਈ ਜਾ ਰਹੀ ਹੋ ਸਕਦੀ ਹੈ ਇਹ ਗੱਲਬਾਤ ਕਾਫੀ ਹੱਦ ਤੱਕ ਸੰਭਵ ਹੈ ਕਿ ਜਿਸ ਤਰੀਕੇ ਨਾਲ ਸੰਦੀਪ ਨੰਗਲ ਅੰਬੀਆਂ ਨੂੰ ਹਿੱਟ ਕੀਤਾ ਗਿਆ ਉਸ ਸਮੇਂ ਜਾਂ ਉਸ ਸਮੇਂ ਤੋਂ ਪਹਿਲਾਂ ਵੀ ਤੇ ਉਸ ਸਮੇਂ ਤੋਂ ਬਾਅਦ ਹੀ ਮਨਕੀਰਤ ਔਲਖ ਨੂੰ ਵੀ ਇੱਕ ਨਿਸ਼ਾਨੇ ਦੇ ਤੌਰ ਤੇ ਲਿਆ ਜਾਣਾ ਸੀ ਤੇ ਜੇ ਆਪਾਂ ਦੋਵੇਂ ਕੇਸਾਂ ਦੇ ਵਿੱਚ ਇੱਕ ਸਿਮਿਲੈਰਿਟੀ ਵੇਖੀਏ ਤਾਂ ਉਹੀ ਗਰੁੱਪਾਂ ਦੇ ਨਾਲ ਉਹੀ ਲੋਕਾਂ ਦੇ ਨਾਲ ਦੋਵੇਂ ਨਨਸੰਦੀਪ ਨੰਗਲੰਬੀਆਂ ਤੇ ਮਨਕੀਰਤ ਔਲਖ ਦੀ ਸਾਂਝ ਹੈ ਇਹਨਾਂ ਦੇ ਸੰਬੰਧ ਹੈਗੇ ਨੇ ਕਿਉਂਕਿ ਇਹਨਾਂ ਦੇ ਵਿਰੋਧੀ ਜਿਹੜੇ ਗੈਂਗਸ ਹੈਗੇ ਨੇ ਆ ਜਿਹੜੇ ਵਿਰੋਧੀ ਗੁੱਟ ਹੈਗੇ ਨੇ ਉਹਨਾਂ ਲਈ ਕਈ ਪੱਖੋਂ ਦਿੱਕਤਾਂ ਖੜੀਆਂ ਕਰ ਰਹੇ ਨੇ ਅੰਡਰਵਰਲਡ ਦੇ ਵਿੱਚ ਇੱਕ ਅਲੱਗ ਗੈਂਗਵਾਰ ਹੈ ਉਸ ਨਜ਼ਰੀਏ ਤੋਂ ਵੀ ਜੇ ਆਪਾਂ ਵੇਖੀਏ ਤਾਂ ਇਹ ਲੋਕ ਕੁਝ ਅਜਿਹੇ ਗਰੁੱਪਾਂ ਦੇ ਨਾਲ ਆਈਡੈਂਟੀਫਾਈ ਹੁੰਦੇ ਸਨ ਇਹਨਾਂ ਨੂੰ ਉਹਨਾਂ ਗੁੱਟਾਂ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਸੀ ਜੋ ਕਿ ਟਾਰਗੇਟ ਗੁੱਟ ਹੈਗੇ ਨੇ ਜਿਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਜਾਂ ਇਹਨਾਂ ਵੱਲੋਂ ਕਿਸੇ ਵੀ ਸਾਥੀ ਜਾਂ ਕਿਸੇ ਵੀ ਸਹਿਯੋਗੀ ਨੂੰ ਜੇ ਸਮਰਥਨ ਦਿੱਤਾ ਜਾਂ ਉਹਨਾਂ ਤੋਂ ਲਿਆ ਜਾਂਦਾ ਹੈ ਉਸ ਥਿਥੇ ਦੇ ਵਿੱਚ ਉਹ ਜਿਹੜਾ ਬਾਹਰ ਬੈਠਾ ਹੋਇਆ ਯਾਨੀ ਕਿ ਸੌਫਟ ਟਾਰਗੇਟ ਹੈ ਉਹ ਵਿਰੋਧੀ ਗੈਂਗ ਦਾ ਦੁਸ਼ਮਣ ਬਣ ਜਾਂਦਾ ਹੈ ਸੋ ਨਾਰਮਲ ਲੋਕ ਜੋ ਕਿ ਆਪਣੀ ਜ਼ਿੰਦਗੀਆਂ ਨੂੰ ਬਹੁਤ ਹੀ ਸਿੱਧੇ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਰਹੇ ਹੈਗੇ ਨੇ ਆਪਣੇ ਕੰਮ ਧੰਦਿਆਂ ਦੇ ਵਿੱਚ ਬਿਜ਼ੀ ਨੇ ਕੋਈ ਜ਼ਿਆਦਾ ਪਪੂਲਰ ਹੈ ਕੋਈ ਜ਼ਿਆਦਾ ਕਾਮਯਾਬ ਹੈ ਕੋਈ ਚੰਗਾ ਮੁਕਾਮ ਹਾਸਲ ਕਰ ਚੁੱਕਿਆ ਹੈ ਉਹਨਾਂ ਸਭਨਾਂ ਨੂੰ ਇੱਕ ਇੱਕ ਕਰਕੇ ਨਿਸ਼ਾਨਾ ਇਹਨਾਂ ਗੈਂਗਸ ਵੱਲੋਂ ਬਣਾਇਆ ਜਾ ਰਿਹਾ ਸੋ ਮਨਕੀਰਤ ਆਲਖ ਨੂੰ ਜਿਹੜਾ ਖਤਰਾ ਹੈ ਉਹ ਦੋ ਪੱਖੋਂ ਹੈ ਦੋ ਕਾਰਨਾ ਕਰਕੇ ਹੈ ਲੇਕਿਨ ਖਤਰਾ ਉਹਨਾਂ ਨੂੰ ਇੱਕ ਅਜਿਹੇ ਗਰੁੱਪ ਵੱਲੋਂ ਹੀ ਹੈ ਜੋ ਕਿ ਉਹਨਾਂ ਦੇ ਨਾਲ ਦੇ ਸਾਂਝ ਦੇ ਜਿਹੜੇ ਲੋਕ ਸਨ ਵਿੱਕੀ ਮਿੱਡੂ ਖੇੜਾ ਵਰਗੇ ਜਾਂ ਲਾਰੈਂਸ ਬਿਸ਼ਨੋਈ ਕਦੇ ਰਹੇ ਹੋਣਗੇ ਜਾਂ ਫਿਰ ਕੈਨੇਡਾ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਕੁਝ ਅਜਿਹੇ ਪ੍ਰਮੋਟਰਸ ਜਿਨ੍ਹਾਂ ਨੂੰ ਆਪਣਾ ਦੁਸ਼ਮਣ ਮੰਨ ਕੇ ਚੱਲਦੇ ਨੇ ਸੋ ਇਹਨਾਂ ਗੈਂਗਸ ਤੋਂ ਹੋਰ ਸਾਵਧਾਨ ਰਹਿਣ ਦੀ ਲੋੜ ਹੈ ਤੇ ਚੰਗੀ ਗੱਲ ਇਹ ਹੈ ਕਿ ਮਹਾਲੀ ਪੁਲਿਸ ਨੇ ਇਸ ਕੇਸ ਦੇ ਵਿੱਚ ਜਿਹੜੀ ਆਪਣੀ ਜਾਣਕਾਰੀ ਹਾਸਲ ਕੀਤੀ ਹੈ ਉਹ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਤਰੀਕੇ ਦੇ ਕਿਸੇ ਵੀ ਮੰਦਭਾਗੀ ਘਟਨਾ ਜਾਂ ਵਾਰਦਾਤ ਤੋਂ ਪਹਿਲਾਂ ਹੀ ਇੱਕ ਚੰਗੀ ਲੀਡ ਹੈ ਜਿਸ ਉੱਤੇ ਕੀ ਪੁਲਿਸ ਕੰਮ ਜ਼ਰੂਰ ਕਰੇਗੀ ਲੇਕਿਨ ਇਸ ਚੀਜ਼ ਦੀ ਅਸੀਂ ਵੀ ਆਸ ਕਰਦੇ ਹਾਂ ਕਿ 1988 ਦੇ ਵਿੱਚ ਅਮਰ ਸਿੰਘ ਚੰਕੀਲਾ ਦੀ ਹੱਤਿਆ ਵਾਂ ਕੋਈ ਹੋਰ ਸਾਡਾ ਸਿਤਾਰਾ ਸੁਪਰ ਸਟਾਰ ਜਾਂ ਕੋਈ ਵੀ ਅਜੇਹਾ ਹਰਮਨ ਪਿਆਰਾ ਗਾਇਕ ਹੋਵੇ ਕਲਾਕਾਰ ਹੋਵੇ ਸਿੰਗਰ ਹੋਵੇ ਉਹ ਇਸ ਤਰੀਕੇ ਦੇ ਗੈਂਗਸਟਰਾਂ ਦਾ ਨਿਸ਼ਾਨਾ ਨਾ ਬਣੇ ਤੇ ਇਸ ਮੌਕੇ ਦੇ ਉੱਤੇ ਇਹ ਗੱਲਬਾਤ ਨੂੰ ਸਮਝਣਾ ਤੇ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜੇ ਲੋਕ ਜਾਂ ਜਿਹੜੇ ਸਿਤਾਰੇ ਇਹਨਾਂ ਗੈਂਗਸਟਰਾਂ ਜਾਂ ਇਸ ਅਪਰਾਧਿਕ ਜਿਹੜੀਆਂ ਜਿਹੜੇ ਅੰਸਰ ਹੁੰਦੇ ਨੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਨਵੋਲਡ ਗਰੁੱਪ ਹੁੰਦੇ ਨੇ ਇਹਨਾਂ ਦੇ ਖਿਲਾਫ ਆਵਾਜ਼ ਚੁੱਕ ਸਕਦੇ ਨੇ ਉਹ ਬਹੁਤ ਘੱਟ ਹੁੰਦੇ ਨੇ ਜ਼ਿਆਦਾਤਰ ਸਿਤਾਰੇ ਆਪਣੇ ਬਿਜ਼ਨਸ ਇੰਟਰਸਟ ਨੂੰ ਵੇਖਦੇ ਆਪਣੇ ਹੋ ਰਹੇ ਫਾਇਦਿਆਂ ਨੂੰ ਆਪਣੀ ਕਮਾਈ ਨੂੰ ਦੇਖਦਿਆਂ ਹੋਇਆ ਇਸ ਤਰੀਕੇ ਦੀ ਰੰਗਦਾਰੀ ਦੇ ਕਾਲਸ ਜਾਂ ਥ੍ਰੈਟਸ ਦੇ ਸਾਹਮਣੇ ਗੋਡੇ ਟੇਕ ਜਾਂਦੇ ਨੇ ਉਹਨਾਂ ਦੀ ਸ਼ਿਕਾਇਤਾਂ ਪੁਲਿਸ ਕੋਲ ਨਹੀਂ ਕਰਦੇ ਉਹਨਾਂ ਨੂੰ ਖਤਰਾ ਤੇ ਉਹਨਾਂ ਨੂੰ ਡਰ ਆਪਣੀਆਂ ਜ਼ਿੰਦਗੀਆਂ ਦਾ ਹੁੰਦਾ ਹੈ ਜੋ ਕਿ ਹੋਣਾ ਵੀ ਚਾਹੀਦਾ ਹੈ ਲੇਕਿਨ ਪੁਲਿਸ ਨੂੰ ਤੇ ਸਰਕਾਰਾਂ ਨੂੰ ਹੁਣ ਸਖਤੀ ਕਰਨ ਦੀ ਲੋੜ ਹੈ ਐਂਟਰਟੇਨਮੈਂਟ ਜਗਰਦੇਵ ਵਿੱਚ ਇੱਕ ਡਾਰਕ ਅੰਡਰ ਵੈਲੀ ਹੈ ਜਿਸ ਤਰੀਕੇ ਨਾਲ ਕਬੱਡੀ ਜਗਤ ਦੇ ਵਿੱਚ ਗੈਂਗਸਟਰਾਂ ਦਾ ਪੈਸਾ ਲੱਗਣਾ ਕੁਝ ਲੀਗਸ ਦੇ ਵਿੱਚ ਬਕਾਇਦਾ ਇਸ ਤਰੀਕੇ ਦੀ ਫੰਡਿੰਗ ਦਾ ਹੋਣਾ ਇੱਕ ਮਾੜਾ ਤੇ ਮੰਦਪਾਗਾ ਐਸਪੈਕਟ ਸੀ ਕਬੱਡੀ ਦਾ ਜਿਸ ਨੇ ਕਿ ਹੁਣ ਹਾਲਾਤ ਨੂੰ ਇਸ ਮੁਹਾਰੇ ਤੇ ਲੈ ਕੇ ਖੜਾ ਕਰਤਾ ਜਦੋਂ ਕਿ ਗੈਂਗ ਵਾਰਸ ਓਪਨ ਹੋ ਚੁੱਕੀਆਂ ਨੇ ਕਬੱਡੀ ਟੂਰਨਾਮੈਂਟਸ ਦੇ ਵਿੱਚ ਉਸੇ ਤਰੀਕੇ ਨਾਲ ਐਂਟਰਟੇਨਮੈਂਟ ਜਗਜ ਦੇ ਵਿੱਚ ਵੀ ਕੋਈ ਇਸ ਤਰੀਕੇ ਦਾ ਖੂਨੀ ਕਾਂਡ ਨਾ ਹੋਏ ਅਜੇ ਤੱਕ ਜਿਹੜੇ ਵੀ ਸਿਤਾਰਿਆਂ ਨੂੰ ਜਾਂ ਜਿਹੜੇ ਵੀ ਗਾਇਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਨੂੰ ਰੰਗਦਾਰੀ ਦੀ ਵਸੂਲੀ ਜਾਂ ਫਿਰ ਧਮਕਾਉਣ ਲਈ ਉਹਨਾਂ ਦੇ ਉੱਤੇ ਜੇ ਗੋਲੀਆਂ ਵੀ ਚੱਲੀਆਂ ਨੇ ਧਮਕਾਉਣ ਲਈ ਚਲਾਈਆਂ ਗਈਆਂ ਨੇ ਲੇਕਿਨ ਮਨਕੀਰਤ ਆਲਖ ਵਾਕਈ ਕ ਅਜੇਹਾ ਨਿਸ਼ਾਨਾ ਤੇ ਟਾਰਗੇਟ ਹੋ ਸਕਦੇ ਸੀ ਜਾਂ ਹਜੇ ਵੀ ਹੋ ਸਕਦੇ ਨੇ ਜਿਨ੍ਹਾਂ ਨੂੰ ਜਾਂ ਜਿਨ੍ਹਾਂ ਤੋਂ ਕੋਈ ਵੀ ਵਸੂਲੀ ਇਹਨਾਂ ਗੈਂਗਸ ਦੇ ਨਹੀਂ ਕਰਨੀ ਬਲਕਿ ਉਹਨਾਂ ਨੂੰ ਹਿਟ ਕਰਕੇ ਇਹਨਾਂ ਨੂੰ ਟਾਰਗੇਟ ਕਰਕੇ ਇੱਕ ਮੈਸੇਜ ਜਿਹੜਾ ਹੈ ਇਹ ਪੂਰੀ ਦੀ ਪੂਰੀ ਇੰਡਸਟਰੀ ਵਿੱਚ ਭੇਜਣਾ ਹੈ ਡਰ ਤੇ ਇੱਕ ਸਹਿਮ ਦਾ ਮਾਹੌਲ ਕ੍ਰੀਏਟ ਕਰਨਾ ਹੀ ਇਹਨਾਂ ਗੈਂਗਸਟਰਾਂ ਦਾ ਇੱਕ ਮੇਨ ਮਕਸਦ ਹੈ ਇਸ ਇੰਡਸਟਰੀ ਦੇ ਵਿੱਚ ਲੋਕ ਇਹਨਾਂ ਤੋਂ ਡਰ ਕੇ ਰਹਿੰਦੇ ਇੱਕ ਟੈਲੀਫੋਨ ਕਾਲ ਜਾਂਦੇ ਹੀ ਲੱਖਾਂ ਲੱਖਾਂ ਰੁਪਏ ਦੀ ਜਿਹੜੀ ਰੰਗਦਾਰੀ ਹੈ ਉਹ ਅ ਧਕਾਰ ਕੇ ਇਹਨਾਂ ਦੇ ਸਾਹਮਣੇ ਰੱਖਤੀ ਜਾਵੇ। ਇਹੀ ਮਕਸਦ ਹੈ ਇਹਨਾਂ ਗੈਂਗਸ ਦਾ ਜੋ ਕਿ ਚਾਹੁੰਦੇ ਨੇ ਕਿ ਇਹਨਾਂ ਦੀ ਤੂਤੀ ਬੋਲਦੀ ਰਹੇ। ਕਈ ਕੇਸਿਸ ਦੇ ਵਿੱਚ ਜਿਵੇਂ ਕਿ ਮਨਕੀਰਤ ਆਲਖ ਦੇ ਕੇਸ ਦੇ ਵਿੱਚ ਪਰਪਸ ਇਹਨਾਂ ਦਾ ਕੋਈ ਰੰਗਦਾਰੀ ਨਹੀਂ ਹੈ ਬਲਕਿ ਸਿਰਫ ਇੱਕ ਮੈਸੇਜ ਦੇਣਾ ਹੈ, ਨੁਕਸਾਨ ਪਹੁੰਚਾਉਣਾ ਹੈ, ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਹੈ। ਮੇਜਰ ਲੀਗ ਕਬੱਡੀ ਦੇ ਫਾਈਨੈਂਸਰ ਪ੍ਰੋਮੋਟਰਸ ਤੇ ਉਸ ਧੜੇ ਦਾ ਨੁਕਸਾਨ ਕਰਨਾ ਹੈ ਵਿੱਕੀ ਮਿੱਡੂ ਖੇੜਾ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜੇ ਸਾਥੀ ਰਹੇ ਸੀ ਉਹਨਾਂ ਨੂੰ ਟਾਰਗੇਟ ਕਰਕੇ ਇੱਕ ਵਕਰਾ ਤੇ ਹੋਰ ਦਹਿਸ਼ਤ ਭਰਿਆ ਸੁਨੇਹਾ ਦੇਣਾ ਹੈ ਤੇ ਇਸ ਦੇ ਨਾਲ ਹੀ ਜਿਹੜਾ ਇੱਕ ਹੋਰ ਮੈਸੇਜ ਲਾਰਜਰ ਇੰਡਸਟਰੀ ਦੇ ਵਿੱਚ ਦੇਣਾ ਹੈ ਕਿ ਇਹਨਾਂ ਦਾ ਹੀ ਗੈਂਗ ਸਭ ਤੋਂ ਜ਼ਿਆਦਾ ਮਜ਼ਬੂਤ ਗੈਂਗ ਹੈ ਤੇ ਉਸ ਦੀ ਰੰਗਦਾਰੀ ਕੋਲਾਂ ਨੂੰ ਸੀਰੀਅਸਲੀ ਲਿਆ ਜਾਏ ਹਲਕੇ ਦੇ ਵਿੱਚ ਨਾ ਲਿਆ ਜਾਏ ਸੋ ਇਸ ਤਰੀਕੇ ਦੇ ਮਨਸੂਬਿਆਂ ਦੇ ਨਾਲ ਇਸ ਤਰੀਕੇ ਦੇ ਗੈਂਗ ਆਪਰੇਟ ਕਰ ਰਹੇ ਨੇ ਸਰਕਾਰਾਂ ਤੇ ਪੁਲਿਸ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੁਲਿਸ ਆਪਣਾ ਕੰਮ ਬਖੂਬੀ ਕਰ ਵੀ ਰਹੀ ਹੈ ਇਸ ਲਈ ਉਹ ਸ਼ਲਾਘਾ ਦੇ ਜਾਂ ਉਸ ਵਧਾਈ ਦੇ ਪਾਤਰ ਵੀ ਨੇ ਜਿਸ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇੱਕ ਵਿਆਪਕ ਮੁਹਿੰਮ ਤੋਰੀ ਗਈ ਹੈ ਲੇਕਿਨ ਅਜੇ ਵੀ ਬਹੁਤ ਸੇ ਸਿੰਗਰ ਐਕਟਰ ਕਲਾਕਾਰ ਹੈਗੇ ਨੇ ਜੋ ਚੁੱਪ ਚਪੀਤੇ ਅੰਦਰ ਖਾਤੇ ਇਸ ਤਰੀਕੇ ਦੀਆਂ ਐਕਸਟਰਸ਼ਨ ਦੀਆਂ ਜਿਹੜੇ ਡਿਮਾਂਡਸ ਹੈਗੀਆਂ ਨੇ ਉਹਨਾਂ ਦੇ ਅੱਗੇ ਨਤਮਸਤਕ ਹੋ ਕੇ ਉਹ ਪੈਸਾ ਚੜਾ ਜਾਂਦੇ ਨੇ ਪੁਲਿਸ ਨੂੰ ਵੀ ਕਈ ਕਈ ਸਾਲਾਂ ਬਾਅਦ ਪਤਾ ਚੱਲਦਾ ਹੈ ਕਈ ਵੱਡੇ ਸਿੰਗਰਸ ਦੇ ਕੇਸਸ ਦੇ ਵਿੱਚ ਫੜੇ ਗਏ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੀ ਰੰਗਦਾਰੀ ਦੀ ਵਸੂਲੀ ਅੰਦਰ ਖਾਤੇ ਚੱਲਦੀ ਪਈ ਸੀ ਸੋ ਇਸ ਦਾ ਹੱਲ ਕੀ ਹੈ ਇਸ ਦਾ ਇਲਾਜ ਕੀ ਹੈ ਇਸ ਦਾ ਹੱਲ ਤੇ ਇਲਾਜ ਤਾਂ ਇੱਕ ਚੰਗਾ ਤੇ ਇੱਕ ਸੇਫ ਐਂਡ ਸਿਕਿਉਰ ਮਾਹੌਲ ਦੇਣਾ ਹੈ ਤੇ ਇਸ ਆਰਗੇਨਾਈਜ਼ ਕ੍ਰਾਈਮ ਨੂੰ ਜੜ ਤੋਂ ਖਤਮ ਕਰਨਾ ਹੈ ਜਿਸ ਨੂੰ ਕੀ ਸਰਕਾਰਾਂ ਤੇ ਪੁਲਿਸ ਹੀ ਕਰ ਸਕਦੀ ਹੈ ਸੋ ਇਹ ਸਾਸ ਦੇ ਨਾਲ ਕੀ ਭਵਿੱਖ ਦੇ ਵਿੱਚ ਸਾਨੂੰ ਕੋਈ ਵੀ ਆਪਣੇ ਹਰਮਨ ਪਿਆਰੇ ਸਿਤਾਰਿਆਂ ਨੂੰ ਸਿੰਗਰਸ ਜਾਂ ਕਲਾਕਾਰਾਂ ਨੂੰ ਨਾ ਖੋਣਾ ਪਈ ਆ ਉਹਨਾਂ ਨੂੰ ਇਸ ਤਰੀਕੇ ਦੇ ਦਬਾਅ ਮਾਨਸਿਕ ਪ੍ਰੈਸ਼ਰ ਬਿਜ਼ਨਸ ਜਾਂ ਪ੍ਰੋਫੈਸ਼ਨਲ ਜਾਂ ਫਿਰ ਵਿਅਕਤੀਗਤ ਕਾਰਨਾ ਕਰਕੇ ਉਸ ਦਬਾਅ ਦਾ ਸਾਹਮਣਾ ਨਾ ਕਰਨਾ ਪਵੇ ਉਸ ਨੂੰ ਨਾ ਚੱਲਣਾ ਪਵੇ ਇਸੇ ਦੀ ਆਸ ਤੇ ਅਰਦਾਸ ਆਪਾਂ ਕਰਦੇ ਹਾਂ ਤੇ ਇਸ ਰਿਪੋਰਟ ਨੂੰ ਦਨੇਹਾ ਵਿਰਾਮ ਕੁਝ ਹੋਰ ਗੱਲਾਂ ਬਾਤਾਂ ਪਤਾ ਲੱਗਣਗੀਆਂ ਇਸ ਕੇਸ ਜਾਂ ਇਸ ਦੇ ਨਾਲ ਜੁੜੇ ਹੋਏ ਕੁਝ ਹੋਰ ਤੱਥ ਸਾਹਮਣੇ ਆਣਗੇ ਤਾਂ ਤੁਹਾਡੇ ਸਾਹਮਣੇ ਲੈ ਕੇ ਜ਼ਰੂਰ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ ਥੈਂਕ ਯੂ ਸੋ ਮੱਚ